सियाने सच ही कहने होंगे ने कि हौसले ते जज्बे व्यक्ति दे बुलंद होने चाहिए ने, बंदा कुछ भी कर लैंदा। असी गल कर रहे हैं मानसा के कस्बा भीखी के बजुर्ग बाबा करम सिंह की, जो कि 80 साल की उम्र के होने के बावजूद भीखी के बस स्टैंड के नज़दीक जोड़े जुत्तियां कट के अपना गुजारा बड़ी मुश्किल के नाल करते हैं। करम सिंह ने दसिया कि परिवार के बच्चे साढ़े अड रहे हैं, तो मैं तो मेरी पत्नी इसते सट लगन के करके वह कुछ कर नहीं सकती और घर का काम करने में भी उसमें दिक्कत आती है। होर जानकारी देने बाबा करम सिंह ने दसिया कि मैं शुरू तो ही कदे दिहाड़ी नहीं छड़ी और अपने परिवार में बेटिया ने व्याह के अपना फर्ज पूरा किया और पुत्र का भी व्याह किया, पर अजो पुत्र उसकी सार नहीं लै रहे। करम सिंह ने भरे मन के नाल आख्या कि मैं अपना थोड़ा बहुता खुद आप मेहनत करके अपना गुजारा कर रहा। आखिर में उसने दानिया सजना मदद के लिए अपील भी की। जी जुत्तियां का काम करते हैं, पुरानिया का काम करके खाने दोहें जी हाँ, उस जुत्तियां का काम करके जिह जहा गुजारा करते हैं। परिवार च कौन कौन है? हूँ तो इस वक्त अभी दो ही हाँ, वो तो 6-7 साल हो गए छड़ गए। कौन सीगा परिवार च पहला? पहला मुंडा भी थी, नूह भी थी, पोता भी थी। ਹੁਣ ਕੱਲੇ ਰਹਿੰਦੇ ਹੋ, ਹੌਸਲਾ ਨਹੀਂ ਟੁੱਟਦਾ? ਕਦੇ ਦੋ ਹੀ ਰਹਿ ਗਏ ਬਸ। ਹੁਣ ਕੱਲੇ ਰਹਿੰਦੇ ਹੋ, ਹੌਸਲਾ ਨਹੀਂ ਟੁੱਟਦਾ? ਹੌਸਲਾ ਤੋੜ ਕੇ ਫਿਰ ਕਰੀਏ ਵੀ ਡੱਕਾ ਬਣੀ, ਫਿਰ ਹੁੰਦਾ ਹੀ ਨਹੀਂ ਕੋਲ, ਫਿਰ ਇਹ ਵੀ ਕੰਮ ਜਾਊ ਜੀ ਹੌਸਲੇ ਸਿੱਟਦਾ। ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਮਿਹਨਤ ਕਰਕੇ ਰਾਜੀ ਨਹੀਂ? ਤੁਸੀਂ 80 ਸਾਲ ਦੀ ਉਮਰ 'ਚ ਮਿਹਨਤ ਕਰ ਰਹੇ ਹੋ, ਕਹਾਂਗੇ ਤਾਂ ਜੇ ਹੱਕ ਹੈ ਕਹਿ ਦਿਆਂਗੇ ਵੀ ਭਾਈ ਮਿਹਨਤ ਕਰਕੇ ਖਾਓ, ਹੱਕ ਹੈ ਜਦੋਂ ਅਸੀਂ ਕਰਦੇ ਹਾਂ 80 ਸਾਲ ਦੇ, ਤੁਸੀਂ ਵੀ ਮਿਹਨਤ ਕਿਉਂ ਨਹੀਂ ਕਰਦੇ? ਮਿਹਨਤ ਕਰੋ, ਮਿਹਨਤ ਕਰਕੇ ਖਾਓ, ਸਭ ਕੁਝ ਮਿਲੂ ਮਿਹਨਤ ਨਾਲ। ਹਾਲਾਤ ਬਾਬਾ ਹੁਣ ਭੁੱਖਾ ਮਰਦਾ, ਹੁਣ ਉਹਦਾ ਢਿੱਡ ਦਾ ਗੁਜ਼ਾਰਾ ਤਾਂ ਕਰਨਾ ਹੀ ਹੈਗਾ, ਕਰਕੇ ਖਾ ਰਿਹਾ। ਕੋਈ ਦੇ ਜਾਂਦਾ ਉਹ ਵੀ ਚੰਗਾ, ਨਹੀਂ ਦਿੰਦਾ ਕੋਈ ਉਹ ਵੀ ਚੰਗਾ। ਜੇ ਕਿਸੇ ਦੇ ਆਉਂਦੀ ਹੈ ਦਇਆ ਤਾਂ ਦੇ ਜਾਂਦੇ ਨੇ ਵਿਚਾਰੇ ਨੂੰ, ਨਹੀਂ ਆਪਦਾ ਕਰਕੇ ਖਾਂਦਾ। ਜੇ ਚਲੋ ਮਦਦ ਕਰ ਸਕਦਾ ਕੋਈ ਕਰ ਸਕਦਾ, ਜਿੰਨੀ ਕੁ ਵੀ ਹੋ ਸਕਦੀ ਹੈ ਕੋਈ, ਇਹਦੀ ਥੋੜ੍ਹੀ ਤੋਂ ਥੋੜ੍ਹੀ ਮਦਦ ਕਰ ਸਕਦੇ ਨੇ, ਇਹਦੀ ਕਰਨੋ ਇਹਦੀ ਮਦਦ ਵੀ। ਇਹਨੂੰ ਜਦ ਕੋਈ ਹੀ ਨਹੀਂ ਇਹਨੂੰ ਕਮਾਈ ਵਾਲਾ, ਕੋਈ ਕੁੜੀਆਂ ਵਿਆਹਤੀ ਆਪਦੇ ਘਰੇ ਗਈਆਂ, ਪੁੱਤ ਵਿਆਹ ਤਾਂ ਅੱਡ ਹੋ ਗਿਆ, ਹੁਣ ਇਹਨਾਂ ਨੂੰ ਕੋਈ ਸਹਾਰਾ ਨਹੀਂ ਹੈਗਾ ਵੀ ਇਹਨਾਂ ਨੂੰ ਆਇਆ ਵੀ ਚੱਲ ਇਹਦਾ ਤਾਂ ਕੋਈ ਗੁਜ਼ਾਰਾ ਹੋਈ ਜਾਵੇ ਇਹਨਾਂ ਦੀ ਮਦਦ। ਅਸੀਂ ਅਪੀਲ ਤਾਂ ਬਸ ਆਹੀ ਹੈ ਸਾਡੀ ਤਾਂ ਵੀ ਇਹਨਾਂ ਦਾ ਮਦਦ ਕਰਨਾ, ਥੋੜ੍ਹੀ ਤੋਂ ਥੋੜ੍ਹੀ ਜਿੰਨੀ ਕੁ ਵੀ ਹੁੰਦੀ ਹੈ ਉਨੀ ਕੁ ਮਦਦ ਕਰਨੀ ਇਹਨਾਂ ਨੂੰ।